ਜੋ ਪੰਚਾਇਤ ਸੀਗੀ ਆਪਣੇ ਪਿੰਡ ਚੀਮਾ ਦੀ ਵਧੀਆ ਕੰਮ ਕਰ ਰਹੀ ਸੀ, ਜੋ ਸਰਕਾਰ ਦੇ ਹੁਕਮ ਅਨੁਸਾਰ ਸੱਪੜਾਂ ਦੀ ਨਿਸ਼ਾਨਦੇਹੀ ਕਰੀ ਪੰਚਾਇਤ ਨੇ, ਚੰਗੇ ਕੰਮ ਕਰੇ, ਵਧੀਆ ਪਾਰਕ ਪੂਰਕ ਬਣਾਏ। ਜਿਹੜੇ ਅੰਸੀ ਲੋਕ ਨੇ ਉਹ ਪੰਚਾਇਤ ਨੂੰ ਚੰਗੇ ਕੰਮ ਨਹੀਂ ਕਰਨ ਦਿੰਦੇ, ਉਹਦਾ ਕਰਕੇ ਪੰਚਾਇਤ ਦੇ ਉੱਤੇ ਉਹਨਾਂ ਨੇ ਧੱਕੇਸ਼ਾਹੀ ਦੇ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਉਹਨਾਂ 'ਤੇ ਪਰਚੇ ਕਰਾਤੇ। ਜੋ ਵੀ ਇੱਥੇ ਸੰਗਤ ਇਕੱਠੀ ਹੋਈ ਆ, ਜਿੰਨਾ ਚਿਰ ਉਹਨਾਂ ਤੋਂ ਪਰਚੇ ਰੱਗ ਨਹੀਂ ਹੁੰਦੇ ਉਹਨਾਂ ਚਿਰ ਇਹ ਧਰਨਾ ਚੱਲੀ ਜਾਊਗਾ। ਸਾਡੀ ਪਹਿਲਾਂ ਬੇਨਤੀ ਆ DC ਸਾਹਿਬ ਨੂੰ ਵੀ ਇਹ ਪਰਚੇ ਆ ਜੋ ਰੱਦ ਕਰੇ ਜਾਣ, ਜਿਹੜੇ ਲੋਕਾਂ ਨੇ ਸੈਂਸਰਸਾਈਜ਼ ਖੇਡੀ ਆ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰੀ ਜਾਵੇ। ਇਹ ਧਰਨੇ ਦਾ ਬਹੁਤ ਵੱਡਾ ਕਾਰਨ ਬਣ ਚੁੱਕਿਆ ਜੀ। ਹੁਣ ਜਿਹੜੇ ਅਸੀਂ ਇੱਥੇ ਬੈਠੇ ਹਾਂ, ਆਹ ਸਾਰੇ ਪਰਿਵਾਰ ਬੈਠੇ ਨੇ, ਸਾਡੇ ਜਿਹੜੇ ਪੰਚਾਇਤ ਮੈਂਬਰ ਨੇ, ਸਰਪੰਚ ਸਾਹਿਬਾਨ ਨੇ, ਅਧਿਕਾਰਤ ਪੰਚ ਨੇ, ਉਹਨਾਂ ਦੇ ਪਰਚੇ ਦਰਜ ਹੋਏ ਨੇ ਜੀ ਕੱਲ੍ਹ। ਉਹਨਾਂ ਦਾ ਕਾਰਨ ਇਹ ਹੈ ਕਿ ਵੀ ਇੱਕ ਤਾਂ ਸਵੱਛ ਅਭਿਆਨ ਦੇ ਤਹਿਤ ਜਿਹੜਾ ਮੋਦੀ ਸਰਕਾਰ ਵੱਲੋਂ ਇਹ ਕੀਤਾ ਗਿਆ ਸੀ, ਪਿੰਡਾਂ ਦੀ ਸਫਾਈ ਕਰਵਾ ਰਹੇ ਹਾਂ, ਛੱਪੜ ਪਟਾਏ ਜਾ ਰਹੇ ਨੇ, ਪੰਜ ਚਾਰ ਘਰਾਂ ਨੇ ਇਹ, ਕਿਸੇ ਨੇ 6 ਕਿੱਲੇ ਗਏ ਨੇ, 8 ਕਿੱਲੇ ਗਏ ਨੇ, 5 ਕਿੱਲੇ ਰੋਕੇ ਹੋਏ ਸੀਗੇ। ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਦੀ ਨਿਸ਼ਾਨਦੇਹੀ ਕਰਾਈ। ਪਹਿਲਾਂ ਤਾਂ ਉਹ ਬੰਦਿਆਂ ਨੇ ਬੁਰਜੀਆਂ ਪੱਟਤੀਆਂ, ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ, ਪੁਲਿਸ ਪ੍ਰਸ਼ਾਸਨ ਨੇ, ਸਰਕਾਰ ਨੇ, ਪੰਚਾਇਤ ਮੰਤਰੀ ਵੱਲੋਂ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ। ਹੁਣ ਉਸੇ ਰੰਜਿਸ਼ ਦੇ ਤਹਿਤ ਵੀ ਸਾਡੇ ਤੇ ਪਰਚੇ ਦਰਜ ਕਿਉਂ ਕੀਤੇ ਸੀ ਉਹਨਾਂ ਬੰਦੇ ਤੇ, ਉਸੇ ਰੰਜਿਸ਼ ਦੇ ਤਹਿਤ ਉਹੀ ਪੰਜ ਚਾਰ ਘਰ ਪੰਚਾਇਤ ਦੇ ਉਲਟ ਜਾ ਰਹੇ ਨੇ, ਲੋਕਾਂ ਦੇ ਉਲਟ ਜਾ ਰਹੇ ਨੇ। ਆਹ ਦੇਖੋ ਸਾਰਾ ਪਾਰਕ ਜਿਹੜਾ ਪਿਆ ਇਹ ਕੰਮ ਹੀ ਨਹੀਂ ਹੋਣ ਦੇ ਰਹੇ, ਆਹ ਵਿੱਚ ਹੀ ਖੜਾ ਸਾਰਾ ਕੁਛ। ਇਹ ਕਹਿੰਦੇ ਅਸੀਂ ਹੋਣ ਨਹੀਂ ਦੇਣਾ, ਸਾਨੂੰ ਉਹ ਸ਼ਾਮ ਲੱਟਾਂ ਦੁਬਾਰੇ ਰਖਵਾਈਆਂ ਜਾਣ। ਇਹ ਮੇਨ ਮਕਸਦ ਹੈਗਾ ਵੀ ਹੁਣ ਜੇ ਪੰਚਾਇਤ ਦੇ ਹੀ ਪਰਚੇ ਹੋਣ ਲੱਗ ਗਏ, ਮੋਦੀ ਸਾਹਿਬ ਕੀ ਕਹਿ ਰਹੇ ਨੇ, ਕੈਪਟਨ ਸਾਹਿਬ ਕੀ ਕਹਿ ਰਹੇ ਨੇ, ਬਾਜਵਾ ਸਾਹਿਬ ਪੰਚਾਇਤ ਮੰਤਰੀ ਨੇ ਉਹ ਕੀ ਕਹਿ ਰਹੇ ਨੇ, ਕੀ ਬਿਆਨ ਆਉਂਦੇ ਨੇ, ਤੇ ਪੰਚਾਇਤਾਂ ਦੀ ਪਰਚੇ ਹੋ ਜਾਂਦੇ। ਜਿਹੜਾ ਹੁਣ ਕੰਮ ਹੈਗਾ ਉਹ ਕੌਣ ਕਰਨਗੇ? ਜਿਹੜੇ ਸ਼ਾਮ ਲਾਟਾ ਰੋਕੀ ਬੈਠੇ ਨੇ ਉਹ ਕੰਮ ਕਰਨਗੇ? ਹੁਣ ਇੱਕ ਬੰਦਾ ਸ਼ਾਮ ਲਾਟ ਰੋਕੀ ਬੈਠਾ ਹੈ, ਇੱਥੇ 200 ਬੰਦੇ ਦਾ ਇੱਥੇ ਟਰੈਕਟਰ ਚੱਲਦਾ ਸੀਗਾ ਜੀ, ਤੜਕੇ 7 ਵਜੇ ਤੋਂ ਲੈ ਕੇ ਰਾਤ ਨੂੰ 12-12 ਵਜੇ ਤੱਕ JCBਾਂ ਚੱਲਦੇ ਨੇ, ਟਰੈਕਟਰ ਲੋਕਾਂ ਨੇ ਸੰਦ ਬਣਾਏ, 855-8 ਲੱਖ ਦੇ ਟਰੈਕਟਰ ਵਿਚਾਰਿਆਂ ਨੇ। ਜੇ ਜੋ ਵੀ ਸਿਰਫ ਉੱਥੇ ਮੈਸ਼ਾ ਛੱਪੜ ਖਾਲੀ ਹੋ ਜਾਣ, ਗੰਦੇ ਪਾਣੀ ਦਾ ਨਿਕਾਸ ਅੱਡ ਕੀਤਾ, ਜਾ ਕੇ ਚਾਹੇ ਉੱਥੇ ਦੇਖ ਲਓ ਸਾਫ਼ ਪਾਣੀ ਅੱਡ ਕੀਤਾ, ਸਿਰਫ ਉਹ ਅਸੀਂ ਕੀਤਾ ਇਹ ਰੋਕਣ ਦੇ ਮਾਰੇ, ਦੁਬਾਰੇ ਰੋਕਣ ਦੇ ਮਾਰੇ, ਉਹਨਾਂ ਸ਼ਾਮਲਾਟਾਂ ਦੇ ਕਬਜ਼ੇ ਕਰਨ ਦੇ ਮਾਰੇ, ਇਹ ਬਦਲਾਖੋਰੀ ਦੀ ਨੀਤੀ ਦੇ ਨਾਲ ਨਾ ਇਹ ਜਿਹੜੇ ਨੇ ਪਰਚੇ ਦਰਜ ਕਰਵਾਏ ਜਾ ਰਹੇ ਨੇ। ਸਾਡੀ ਮੰਗ ਇਹ ਹੈਗਾ SSB ਸਾਹਿਬ ਨੂੰ ਵੀ ਇਹ ਚੀਜ਼ ਦੀ ਜਿਹੜੀ ਇਨਕੁਆਇਰੀ ਕਰਾਈ ਜਾਵੇ ਪ੍ਰੋਪਰ ਤਰੀਕੇ ਨਾਲ। ਜੇ ਅਸੀਂ ਝੂਠੇ ਆ, ਸਾਡੀ ਪੰਚਾਇਤ ਝੂਠੀ ਆ, ਬੇਸ਼ੱਕ ਪਰਚੇ ਕਰ ਦਿਓ ਜੀ, ਬਸ ਕੰਮ ਨਹੀਂ ਹੋਣ ਦਿੰਦੇ ਜੀ, ਸਾਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਜੀ, ਪਾਰਕ ਵਗੈਰਾ ਦਾ ਹੋਰ ਵੀ ਪਿੰਡ ਦਾ ਵਿਕਾਸ ਕੁਛ ਨਹੀਂ ਕਰਨ ਦਿੰਦੇ ਜੀ। ਨਹੀਂ ਮੈਂ ਮੌਜੂਦਾ ਮੈਂਬਰ ਹਾਂ ਜੀ, ਪੰਚਾਇਤ ਮੈਂਬਰ ਹਾਂ ਜੀ, ਮੈਂ ਮੇਰੇ ਹਸਬੈਂਡ ਤੇ ਹੋਇਆ ਜੀ, ਬਸ ਇਹ ਧੱਕੇਸ਼ਾਹੀ ਕਰਦੇ ਨੇ ਜੀ। ਜਿਹੜਾ ਗੁਰਪ੍ਰੀਤ ਡਾਕਟਰ ਹੈ ਜੀ, ਇੱਕ ਬਲਵਿੰਦਰ ਸਰਪੰਚ ਹੈ, ਇਹ ਕੇਵਲ ਢਿੱਲੋਂ ਦੀ ਸਹਿ ਤੇ ਚੱਲਦੇ ਨੇ ਜੀ। ਅਸੀਂ ਪਰਚਾ ਰੱਦ ਹੋਣਾ ਚਾਹੀਦਾ ਜੀ, ਇਹ ਝੂਠਾ ਪਰਚਾ ਕੀਤਾ ਗਿਆ ਜਿਹੜਾ ਪੰਚਾਇਤ ਤੇ ਕੀਤਾ ਗਿਆ ਜੀ, 4 ਬੰਦਿਆਂ ਤੇ। ਅਜੇ ਸਾਨੂੰ ਵੀ ਅਸੀਂ ਧਰਨਾ ਇਸ ਗੱਲ ਵਾਸਤੇ ਲਾਉਂਦੇ ਹਾਂ ਵੀ ਪਿੰਡ ਦੇ ਵਧੀਆ ਕੰਮ ਹੋਣ, ਬਾਅਦ ਚ ਕੀ ਉਹ ਪਿੰਡ ਦੇ ਕੰਮ ਹੋਣ ਨਹੀਂ ਦਿੰਦੇ ਬੰਦੇ, ਬਾਅਦ ਚ ਜਦੋਂ ਅਸੀਂ ਲੰਘਦੇ ਵੀ ਹਾਂ ਸਾਨੂੰ ਮੰਦਾ ਚੰਗਾ ਵੀ ਬੋਲਦੇ ਨੇ ਵੀ ਐਂ ਹੋ ਗਏ, ਅਸੀਂ ਐਂ ਕਰਤਾ ਜੀ, ਐਂ ਕਰਤਾ ਪੰਚਾਇਤ ਨੂੰ ਉਹ ਕਰਤਾ, ਅਸੀਂ ਤਾਂ ਵੀ ਨਹੀਂ ਬੋਲਦੇ ਵੀ ਚੱਲ ਕੋਈ ਨਾ ਪਿੰਡ ਦੇ ਕੰਮ ਹੋਣ। ਬਾਅਦ ਸਾਨੂੰ ਲੋਕ ਪਰੇਸ਼ਾਨ ਕਰਦੇ ਨੇ, ਗਰੀਬ ਜਨਤਾ ਵੀ ਤੁਸੀਂ ਜੱਟਾਂ ਨੂੰ ਤਾਂ 2-2 ਕਿੱਲੇ ਰਕਾਈ ਬੈਠੇ ਆ ਵੀ ਸਾਨੂੰ ਤੁਸੀਂ ਰੂੜੀਆਂ ਨੂੰ ਥਾਂ ਨਹੀਂ ਦਿੰਦੇ ਪੰਚਾਇਤ ਕੋਲ ਆਉਂਦੇ, ਉਹ ਜ਼ਰੂਰ ਅਸੀਂ ਕਹਿੰਦੇ ਹਾਂ ਨਾ ਭਾਈ ਇੱਧਰੋਂ ਸੜਾ ਲੈਣ ਤੇ ਤੁਹਾਨੂੰ ਦੇ ਦਾਂਗੇ। ਜੇ ਅਸੀਂ ਕਿਤੇ ਕੋਈ ਮਕਾਨ ਪਾਇਆ ਜਾਂ ਰੂੜੀ ਲਾਈ ਆ, ਅਸੀਂ ਦੇਣਦਾਰ ਹਾਂ ਤੇ ਜਿਹੜੇ ਸਾਡੇ ਬੰਦਿਆਂ ਦੇ ਪਰਤੇ ਹੋਏ ਨੇ ਉਹਨਾਂ ਦੇ ਨਹੀਂ ਹੋਏ, ਉਹ ਜਿਹੜੀ ਸਾਡੇ ਤੇ ਹੋਏ ਨੇ ਉਹਨਾਂ ਦੇ ਪਰਚੇ ਨਹੀਂ ਤਾਂ ਲੱਦ ਕਰ ਦੇਣ, ਨਹੀਂ ਜਿਹੜੇ ਸਾਡੇ ਹੋਰ ਮੈਂਬਰ ਵੀ ਰਹਿੰਦੇ ਆ ਵਿਸਾਖ ਦੀ ਉਹਨਾਂ ਨੂੰ ਵੀ ਜੋ ਮਰਜ਼ੀ ਆ ਸਜ਼ਾ ਦੇਣ। ਜੇ ਤੁਹਾਡੇ ਪਰਚੇ ਦਰਜ ਨਾ ਉਹਨਾਂ ਨੇ ਰੱਦ ਕੀਤੇ, ਤੁਸੀਂ ਅੱਗੇ ਕੀ ਐਕਸ਼ਨ ਲੈਣਾ ਚਾਹੁੰਦੇ? ਅਸੀਂ ਜੀ ਅਸੀਂ ਸਾਰਾ ਸੰਘਰਸ਼ ਲੜਾਂਗੇ, ਧਰਨੇ ਤੇ ਰਹੋਗੇ? ਹਾਂਜੀ, ਵੱਡਾ ਹਾਈਵੇ ਜਾਮ ਕਰ ਦੇਵਾਂਗੇ। ਹਾਂਜੀ ਅਸੀਂ ਰੋਡ ਆ ਜਾਵਾਂਗੇ ਜ਼ਰੂਰ, ਜਿੱਥੋਂ ਤੱਕ ਟੈਂਕੀਆਂ ਤੇ ਚੜਾਂਗੇ ਜੀ। ਹੋਰ ਦੱਸੋ, ਅਸੀਂ ਚੜਾਂਗੇ ਟੈਂਕੀਆਂ ਤੇ, ਜਿੰਨੇ ਪਰਿਵਾਰ ਦੇ ਪਰਚੇ ਦਰਜ ਹੋਏ ਪਹਿਲਾਂ ਦਾ ਪਰਚਾ ਦਰਜ ਕਰਾਂਗੇ। ਉਹ ਕਰੇ ਨਹੀਂ, ਅਸੀਂ ਦੋਨੇ ਜੀ ਆ ਅਸੀਂ ਪਰੇਸ਼ਾਨ ਰਹਿਨੇ ਆ ਇਸ ਕੰਮ 'ਚ, ਜੋ ਦੁਨੀਆ ਪਰੇਸ਼ਾਨ ਕਰਦੀ ਆ, ਬਾਅਦ 'ਚ ਸਾਨੂੰ ਵੀ ਗੱਲਬਾਤ ਹੋ ਸਕਦੀ ਆ, ਫਿਰ ਅਸੀਂ ਵੀ ਉਹ ਬੰਦਿਆਂ ਦਾ ਨਾਂ ਧਰਾਂਗੇ ਜਿਹੜਾ ਸਾਡੇ ਤੇ ਵੀ ਅੱਜ ਐਡਾ ਤੂਫਾ ਲਾਉਂਦੇ ਨੇ।
ਗਿਆ, ਪਿੰਡ ਦੇ ਲੋਕਾਂ ਨੇ ਧਰਨਾ ਲਾਇਆ, ਪੁਲਿਸ ਤੇ ਬਲੇਮ ਲਾਇਆ ਵੀ ਪੁਲਿਸ ਨੇ ਧੱਕੇਸ਼ਾਹੀ ਨਾਲ ਸਾਡੇ ਪਰਚਾ ਦਿੱਤਾ। ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਜੀ ਧੱਕੇਸ਼ਾਹੀ ਵਾਲੀ, ਜੋ ਅਸੀਂ ਮੌਕੇ 'ਤੇ ਕੱਲ੍ਹ ਪਹੁੰਚ ਕੇ ਦੇਖਿਆ ਉਹਦੇ ਹਾਲਾਤਾਂ ਦੇ ਅਨੁਸਾਰ ਕਾਰਵਾਈ ਕੀਤੀ ਗਈ ਹੈ। ਬਾਕੀ ਜੋ ਕਹਿ ਰਹੇ ਆ ਉਹਦੇ ਮੁਤਾਬਕ ਅਸੀਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਵੈਸਟੀਗੇਸ਼ਨ ਜੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ। ਫਿਲਹਾਲ ਕੱਲ੍ਹ ਪਰਚਾ ਦਰਜ ਹੋਇਆ। ਪਿੰਡ ਵਾਸੀਆਂ ਦਾ ਮੰਨਣਾ ਮੈਮ ਵੀ ਜਿਹੜੇ ਇਹ ਸਿਆਸਤ ਤੋਂ ਪ੍ਰੇਰਿਤ ਹੋਇਆ ਪਰਚਾ? ਨਹੀਂ ਜੀ ਇਹ ਕੋਈ ਗੱਲ ਨਹੀਂ ਹੈਗੀ, ਪੁਲਿਸ 'ਤੇ ਕੋਈ ਸਿਆਸਤ ਦਾ ਇਹੋ ਜਿਹਾ ਕੋਈ ਗੱਲ ਨਹੀਂ। ਪੁਲਿਸ ਨੇ ਕਹਿੰਦੇ ਨਿਆਜ ਕਬਜ਼ੇ ਹਟਾਉਣ ਵਾਲੇ ਮੈਂਬਰਾਂ 'ਤੇ ਪਰਚਾ ਦਰਜ ਕਰਤਾ? ਨਹੀਂ ਇਹੋ ਜਿਹੀ ਗੱਲ ਨਹੀਂ ਹੈਗੀ ਜੀ, ਉਹਨਾਂ ਦੀ ਜੋ ਰੰਜਿਸ਼ ਸੀ ਜਾਂ ਕੋਈ ਵੀ ਗੱਲਬਾਤ ਸੀ ਉਹ ਕਾਫੀ ਪੁਰਾਣੀ ਸੀ ਉਹਦੇ 'ਤੇ। ਇਹ ਜਿਹੜੇ ਨਿਰੰਜਨ ਸਿੰਘ ਆ ਕੱਲ੍ਹ ਜਿਨ੍ਹਾਂ ਨੇ ਪਰਚਾ ਦਰਜ ਕਰਵਾਇਆ ਉਹਨਾਂ 'ਤੇ ਵੀ ਪੰਚਾਇਤ ਵੱਲੋਂ ਪਹਿਲਾਂ ਪਰਚਾ ਦਰਜ ਕਰਵਾਇਆ ਹੋਇਆ ਗਾ, ਅਤੇ ਉਹਨਾਂ ਨੇ ਕਿਹਾ ਵੀ ਪਰਸੋਂ ਆ ਕੇ ਮੇਰੀ ਮਾਤਾ ਨੂੰ ਧਮਕਾ ਕੇ ਗਏ ਆ ਵੀ ਉਹਦੇ ਵਿੱਚ ਮੇਰੀ ਮਾਤਾ ਕਾਫੀ ਪਰੇਸ਼ਾਨ ਸੀ, ਮਤਲਬ ਕਾਫੀ ਟਾਈਮ ਤੋਂ ਪਰੇਸ਼ਾਨ ਰਹਿ ਰਹੀ ਸੀਗੀ, ਪਰਸੋਂ ਉਹ ਧਮਕਾ ਗਏ ਤਾਂ ਉਹ ਹੋਰ ਪਰੇਸ਼ਾਨ ਹੋ ਗਈ ਅਤੇ ਡਿਪਰੈਸ਼ਨ 'ਚ ਚੱਲ ਗਈ ਸੀ, ਮਤਲਬ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਮਤਲਬ ਅਟੈਕ ਹੋ ਗਿਆ। ਪਰਚਾ ਜੀ 306, 506, 34 IPC ਦਾ ਦਰਜ ਹੋਇਆ ਅਤੇ ਚਾਰ ਬੰਦਿਆਂ 'ਤੇ ਪਰਚਾ ਹੋਇਆ ਗਾ, ਹਰਜਿੰਦਰ ਸਿੰਘ ਅਤੇ ਗੁਰਮੇਲ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ ਅਤੇ ਸਵਰਾਜ ਸਿੰਘ, ਇਹਨਾਂ 'ਤੇ ਹੋਏ ਜੀ।